ਬ੍ਰੇਕ ਤੋਂ ਬਾਅਦ ਜਾਰੀ ਹੈ ਪ੍ਰੋਗਰਾਮ ਸਟੇਟ ਟਾਕ ਵਿੱਚ ਮੁਲਾਕਾਤ ਸਾਡੀ ਸतीश ਕੌਲ ਸਾਹਿਬ ਦੇ ਨਾਲ ਪਿਛਲੇ ਦੋ ਸੈਗਮੈਂਟਾਂ ਦੇ ਵਿੱਚ ਅਸੀਂ ਗੱਲ ਰੱਖੀ ਹੈਗੀ ਹੈ ਕੌਲ ਸਾਹਿਬ ਦੀ ਉਸ ਮੁਹਿੰਮ ਬਾਰੇ ਜੋ ਕਿ ਬਜ਼ੁਰਗਾਂ ਦੇ ਪ੍ਰਤੀ ਉਹਨਾਂ ਦੀ ਔਲਾਦਾਂ ਦਾ ਜਿਹੜਾ ਵਤੀਰਾ ਰਹਿੰਦਾ ਹੈਗਾ ਉਹਨਾਂ ਦੇ ਤਿਰਸਕਾਰ ਉਹਨਾਂ ਤੇ ਨੂੰ ਅਣਗੌਲਿਆ ਕੀਤਾ ਜਾਣਾ ਉਸ ਪੂਰੀ ਗੱਲਬਾਤ ਇੱਕ ਸਮਾਜਿਕ ਤੇ ਮਾਨਸਿਕ ਜਿਹੜੀ ਕੁਰੀਤੀ ਹੈਗੀ ਹੈ ਉਸ ਨੂੰ ਬਦਲੇ ਜਾਣ ਦੀ ਇਹਨਾਂ ਦੀ ਕੋਸ਼ਿਸ਼ਾਂ ਜੋ ਕਿ ਇਸ ਵਕਤੇ ਘਰ ਘਰ ਜਾ ਕੇ ਇਸ ਮੁੱਦੇ ਦੇ ਪ੍ਰਤੀ ਚੇਤਨਤਾ ਲਿਆ ਰਹੇ ਹੈਗੇ ਨੇ ਕਾਲ ਸਾਹਿਬ ਇਸ ਸੈਗਮੈਂਟ 'ਚ ਮੈਂ ਤੁਹਾਡੇ ਨਾਲ ਹੀ ਗੱਲ ਜਰੂਰ ਕਰਨਾ ਚਾਹਾਂਗਾ ਤੁਹਾਡੀ ਵਿਤੀ ਜ਼ਿੰਦਗੀ ਬਾਰੇ ਤੁਸੀਂ ਦੱਸਿਆ ਵੀ ਤੁਸੀਂ ਬੜੇ ਪੈਸ਼ਨੇਟਲੀ ਪੀਟੀਸੀ ਦੇ ਉਸ ਅਵਾਰਡ ਫੰਕਸ਼ਨ ਦੇ ਵਿੱਚ ਕਈ ਗੱਲਾਂ ਬਾਤਾਂ ਦਸੀਆਂ ਪੂਰੀ ਦੁਨੀਆ ਨੂੰ ਪਤਾ ਲੱਗਿਆ ਵੀ ਕਾਲ ਸਾਹਿਬ ਇੱਕ ਅਣਗੋਲੀ ਸ਼ਖਸੀਅਤ ਦੇ ਰੂਪ ਵਿੱਚ ਆਪਣੀ ਜ਼ਿੰਦਗੀ ਦੀ ਇੱਕ ਬਹੁਤ ਹੀ ਦਰਦਨਾਕ ਫੇਜ਼ ਵਿੱਚੋਂ ਨਿਕਲ ਚੁੱਕੇ ਨੇ ਲੇਕਿਨ ਇੱਕ ਕਲਾਕਾਰ ਇੱਕ ਅਦਾਕਾਰ ਖਾਸ ਕਰਕੇ ਉਹ ਅਦਾਕਾਰ ਜੋ ਕਿ ਆਪਣੀ ਕੈਰੀਅਰ ਦੇ ਟੌਪ ਤੇ ਪਹੁੰਚਦਾ ਹੈਗਾ ਤੇ ਬਹੁਤ ਇਨਸਿਕਿਉਰ ਹੁੰਦਾ ਹੈਗਾ ਉਹਦੇ ਵਿੱਚ ਬਹੁਤ ਹੀ ਅਸੁਰੱਖਿਆ ਦੀ ਭਾਵਨਾ ਰਹਦੀ ਹੈਗੀ ਅਸੀਂ ਕਈ ਐਸੀ ਫਿਲਮਾਂ ਦੇਖੀਆਂ ਜਿਸ ਵਿੱਚ ਕਿ ਕਿਸ ਕਿਸ ਮਾਨਸਿਕ ਟਰਮਾਲ ਦੇ ਵਿੱਚੋਂ ਇੱਕ ਸੁਪਰਸਟਾਰ ਨੂੰ ਲੰਘਣਾ ਪੈਂਦਾ ਹੈਗਾ ਉਹ ਵੇਖਣ ਵਾਲੀ ਗੱਲ ਹੁੰਦੀ ਹੈ ਬਤੌਰ ਇੱਕ ਸੁਪਰਸਟਾਰ ਬਹੁਤ ਇਕੱਲਾਪਨ ਮਹਿਸੂਸ ਕੀਤਾ આજ ਇੱਕ ਬਹੁਤ ਵੱਡੀ ਜਨਰੇਸ਼ਨ ਇੱਕ ਯੰਗ ਜਨਰੇਸ਼ਨ ਹੈ ਜੋ ਕਿ ਫਿਲਮਾਂ ਦੇ ਵਿੱਚ ਆਉਣਾ ਚਾਹੁੰਦੀ ਹੈ ਆਪਣੇ ਆਪ ਨੂੰ ਸਟਾਰਸ ਦੇ ਰੂਪ ਵਿੱਚ ਵੇਖਣਾ ਚਾਹੁੰਦੀ ਹੈ ਗਲੈਮਰ ਫੈਸ਼ਨ ਤੇ ਸਿਨੇਮਾ ਦੇ ਜਗਤ ਨਾਲ ਜੁੜਨਾ ਚਾਹੁੰਦੀ ਹੈ ਆਪਣੀ ਜ਼ਿੰਦਗੀ 'ਚ ਕੋਈ ਐਸਾ ਸਬਕ ਜਿਹੜਾ ਤੁਸੀਂ ਸਿੱਖ ਸਕਿਓ ਜਾਂ ਉਹਨਾਂ ਨੂੰ ਉਹਨਾਂ ਨਾਲ ਸਾਂਝਾ ਕਰਨਾ ਚਾਹੁੰਦੇ ਤੇ ਮੈਂ ਨਹੀਂ ਗੱਲ ਕਹਾਂਗਾ ਕਿ ਐਕਟਰ ਬੰਨਾ ਇਹਨਾ ਸੌਖਾ ਨਹੀਂ ਹੈ ਬਰ ਜਿਹਨਾਂ ਵਿੱਚ ਜਜ਼ਬਾ ਹੈਗਾ ਬਨੰਦਾ ਅੱਜਕੱਲ੍ਹ ਜਿਹੜੀ ਇੰਡਸਟਰੀ ਵੀ ਬਹੁਤ ਸਾਡੇ ਟਾਈਮ ਤੇ ਇਨਾ ਟੈਕਨੀਕਲੀ ਇਨਾ ਕੁਝ ਨਹੀਂ ਨਹੀਂ ਫੈਸਿਲਿਟੀ ਸਾਡੇ ਕੋਲ ਨਹੀਂ ਸੀਗੀ ਫਿਰ ਵੀ ਅਸੀਂ 6 ਮਿੰਟ ਦਾ ਗਾਣਾ ਇੱਕ ਦਿਨ ਮੈਂ ਕਦੇ-ਕਦੇ ਆਪਣੇ ਗਾਣਾ ਦੇਖਦਾ ਪੀਟੀਸੀ ਤੇ ਆਂਦੀ ਫਿਲਮਾਂ ਹਨ ਜੀ ਜਾਂ ਗੈਟ ਬੰਨਵੀ ਤੇ ਮੈਂ ਸੋਚਦਾ ਇਹ ਮੈਂ ਹੀ ਸੀਗਾ ਇਨੀ એનર્ਜੀ इना इन दिखदा भी अच्छा ही सी मैं लगता भी सोना ही सी बट एनर्जी जी लैवल जी मैं देखता सी ना अपनी कहीं मैं ही सी मैंने बहुत बंद ने कहा बहुत बड़े एक्टर आई डोंट वोट ए नेम है कहते कौल सा मैंने आपकी जब फिल्म देखी ना तो मुझे लगा पंजाब में तुम अपना टाइम वेस्ट करना कम लिया मैं अपना समा वेस्ट नहीं कर रहा बहुत योद्धा की धरती है ਜਦ ਮਹਾਨ ਕਲਾਕਾਰਾਂ ਦੀ ਧਰਤੀ ਇਹਦਾ ਫਲ ਮੈਨੂੰ ਮਿਲਣਾ ਮੈਂ ਫਲ ਵਾਸਤੇ ਕੰਮ ਨਹੀਂ ਕੀਤਾ ਆਈ ਡਿਡ ਇਟ ਥੋਸ ਮਾਈ ਪੈਸ਼ਨ ਐਂਡ ਤੁਸੀਂ ਕਸ਼ਮੀਰ ਤੋਂ ਯੂਰ ਓਰੀਜਿਨ ਇਸ ਫਰਮ ਕਸ਼ਮੀਰ ਬਟ ਸਟਿਲ ਯੂ ਚੋਸ ਪੰਜਾਬੀ ਲੈਂਗੁਏਜ ਥੋੜੀ ਬਹੁਤ ਪੰਜਾਬੀ ਲੈਂਗੁਏਜ ਜਾਣਦੀ ਸੀ ਜੀ ਸਰ ਮੈਂ ਐਫਟੀਆ ਇਚ ਪਰਦੇਸੀ ਡੈਨੀ ਸਰ ਮੇਰੇ ਨਾਲ ਸੀ ਡੈਨੀ ਲੰਗਜ਼ੰਬਾ ਜਯਾ ਬਚਨ ਜੀ ਰਾਮਰਨ ਸਾਗਰ ਜੀ ਆਏ ਸੀ ਕਹਿੰਦੇ ਲਾਲ ਛੋੜੇ ਸੁਨਾਖਾ ਜਾਂ ਕੋਣ ਅੱਜ ਵੀ ਲਾਲ ਹੀ ਬੈ ਰੈਡ ਕਲਰ ਇਸ कलर ऑफ लव एंड पैशन थे मैं कदी सतीश कौल नाम है उन्होंने मैंने प्रेम परवल जी लेता थी तो आई वेंट इज ऑफिस मैं कह सर मैं तो इतना अच्छा एक्टर नहीं हूँ और आपने मुझे साइन तो कर लिया और उस टाइम रिहाना सुल्तान कहते तो हमें तुम्हारे जैसे सिंपल चाहिए उधर गाना सी ये दिल और उनकी निगाहों के साए और के ऐसी को पिक्चर चली नहीं hmm. ਉਦੇ ਬਾਅਦ ਮੋਹਨ ਬਾਕੜੀ ਜੀ ਮੇਰੇ ਕੋਲ ਆਏ ਬੜਾ ਹਤਾਸ਼ ਜਿਹਾ ਸੀਗਾ ਤੇ ਉਹਨਾਂ ਨੇ ਕਿਹਾ ਜੀ ਮੋਰ ਨਹੀਂ ਕਰਨੀ ਮੈਂ ਕਿਹਾ ਮੈਨੂੰ ਪੰਜਾਬੀ ਤਾਂ ਆਂਦੀ ਨਹੀਂ ਕਿਹਾ ਨਹੀਂ ਤੂੰ ਹੀ ਕਰ ਲੈ ਤੂੰ ਹੀ ਸੁਣਾਖਾ ਲੱਗਦਾ ਉਹ ਰੋਲ ਤੂੰ ਹੀ ਫਿੱਟ ਹੁੰਦਾ ਤੁਸੀਂ ਮੰਨੋ ਕਿ ਅੱਜ ਤੋਂ ਯਾਦ ਹੈ ਮੈਨੂੰ 45 ইয়ার্স ব্যাক ਉਹ ਇੱਕ ਸ਼ਾਟ ਲਾਤਾ ਮੈਂ ਕਿਹਾ ਜੀ ਪਹਿਲੇ ਬਿਗਨਿੰਗ ਸ਼ਾਟ ਇਨ ਤਕੜਾ ਨਹੀਂ ਲਾਣਾ ਥੋੜਾ ਜਿਆ ਐਂਡ ਦੇ ਪੁਟ ਅਗੇਂਸ ਮਧਨਪੁਰੀ ਸੱਚ ਅ ਵੈਟਰਨ ਐਕਟ ਸੱਚ ਏ ਗ੍ਰੇਟ ਐਕਟਰ ਬਹੁਤ ਮਹਾਨ ਕਲਾਕਾਰ ਸੀਗਾ ਉਹ ਕਨਫਰੈਂਟਰੇਸ਼ਨ ਦਾ ਸੀਨ ਸੀ ਪਿਓ ਤੇ ਉਹਨੇ ਟਿਪੀਕਲ ਅਮਿਤਾ ਬਚਨ ਸੀਨ ਜਿਹੜੇ ਕਰਦੇ ਨਾ ਉਹ ਉਹਨਾਂ ਨੇ ਲਾਤ ਮੈਂ ਕਿਹਾ ਤੁਸੀਂ ਕੀ ਕਰਤਾ ਕਹਿੰਦਾ ਕਰਨਾ ਹੀ ਪਊਗਾ ਮੈਨੂੰ ਅੱਜ ਵੀ ਯਾਦ ਹੈ ਮੈਂ ਬਲੂ ਸ਼ਰਟ ਪਾਈ ਸੀ ਉਹਦੇ ਵਾਈਟ ਪੋਲ ਕਾ ਡਾਟ ਸੀਗੇ ਪਤਾ ਨਹੀਂ ਮੈਂ ਵਾਹਿਗੁਰੂ ਦਾ ਨਾਮ ਲਿੱਤਾ ਐਂਡ ਆਈ ਡਿਡ ਦੈਟ 500 ਸ਼ਾਟ 5 uh, 500 ਫੀਟ ਦਾ ਸ਼ਾਟ ਸੀਗਾ ਐਂਡ ਅੱਜ ਵੀ ਮੈਨੂੰ ਯਾਦ ਹੈ मनमदन पुरी जी ने 5000 दी बख्शीश दी थी कहता जा पुत्र तू बहुत अच्छा पंजाब का कलाकार बनेगा आज आ, 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 आज 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 ਤੁਸੀਂ आई थिंक ਕੁਝ ਨਵੀਆਂ ਫਿਲਮਾਂ ਕਰ ਰਹੇ ਹੋ ਕਾਫੀ ਸਮੇਂ ਬਾਅਦ ਕਰ ਰਹੇ ਹੋ ਕਿਨੇ ਕਿਨੇ ਗੈਪ ਦੇ ਬਾਅਦ ਫਿਲਮਾਂ ਕਰ ਰਹੇ ਹੋ ਮੈਂ ਬਹੁਤ ਗਿਆ 15 20 ਸਾਲ ਮੈਂ आई थिंक ਮੋਰ ਦਨ ਦੈਟ ਅੱਜ ਅੱਜ ਜਦੋਂ ਤੁਸੀਂ ਸ਼ੂਟ ਕਰਦੇ ਹੋ ਕੀ ਡਿਫਰੈਂਸ ਨਜ਼ਰ ਆਉਂਦਾ ਤੁਸੀਂ ਕਹਿੰਦੇ ਹੋ ਟੈਕਨੀਕਲੀ ਅਸੀਂ ਹੁਣ ਐਡਵਾਂਸਡ ਨਹੀਂ ਸੀ ਅੱਜ ਦੇ ਪ੍ਰੋਡਿਊਸਰ ਡਾਇਰੈਕਟਰ ਬਹੁਤ ਜ਼ਿਆਦਾ ਡਿਮਾਂਡਿੰਗ ਨੇ ਬਹੁਤ ਜ਼ਿਆਦਾ ਕੰਮ ਲਾ ਰਹੇ ਹੈਗੇ ਡਿਮਾਂਡਿੰਗ ਇੰਨੇ ਕਿ ਬੱਸ ਹੋ ਜਾਂਦੀ ਬਟ ਦੈਟਸ ਗੁੱਡ ਹਰ ਚੀਜ਼ ਬਦਲ ਗਈ ਇਹ ਦੁਨੀਆ ਬਦਲ ਗਈ ਵਕਤ ਬਦਲ ਗਿਆ ਅੱਜਕੱਲ ਫਿਲਮ ਬਟ ਮੈਨੂੰ ਇਹ ਗੱਲ ਦੱਸੋ ਸਰ ਈਮੋਸ਼ਨ ਤਾਂ ਉਹੀ ਹੈ ਨਾ ਅੱਜ ਵੀ ਪੰਜਾਬ ਅਗਰ ਤੁਸੀਂ ਬਾਲੀਵੁੱਡ টাই ਫਿਲਮਾਂ ਬਣਾਉਂਗੇ ਪੰਜਾਬੀ ਤਾਂ ਫਿਰ ਉਹ why should they see bollywood in punjabi but aajkal bahut achi filmaan aariyan jatt te juliet carryon jatta bahut acche acche actor aa rahe hain daljit ji hain ya bigarewal ji hain jimmy shergill ji hain bahut acche actors ye actors nu ek ek kivein mehsoos karta apne nu relate kar pande ho ek different generation hai very happy bahut badi khushi hundi unhon ne unhan di energy level dekh ke unhan but they are very lucky unhan ne badi mainu kade rush kanda unhan te بس انو ਵੀ ਨਹੀਂ फैसिलिटी ਮਿਲਦੀ ਹੁੰਦਾ ਮੈਂ ਤਾਂ ਸਾਰੇ ਅਵਾਰਡ ਜਿੱਤ ਜਾਂਦਾ ਅਗਰ ਉਸ ਟਾਈਮ ਤੇ ਪੀਟੀ ਸੌੜ ਹੁੰਦਾ ਨਾ ਮੈਂ ਬੈਸਟ ਨਿਊ ਕਮਰ ਬੈਸਟ ਕੀ ਪਤਾ ਨਹੀਂ ਬਿਸ ਡਰਾਮੈਟਿਕ ਐਕਟਰ ਸਾਰੇ ਜਿੱਤ ਜਾਂਦਾ ਕਿਉਂ ਇਹ ਮਹਿਸੂਸ ਕਰਦੇ ਕੀ ਕੀ ਖਾਸ ਮਿਲ ਰਹਾ ਹੈਗਾ ਅੱਜ ਅੱਜ ਚੁਣੌਤੀਆਂ ਵੀ ਹੋਣਗੀਆਂ ਉਹਨਾਂ ਦੇ ਸਾਹਮਣੇ ਜੇ ਫੈਸਿਲਿਟੀਆਂ ਹੈਗੀਆਂ ਉਸ ਵਕਤ ਸ਼ਾਇਦ ਉਨੀ ਡਿਮਾਂਡਿੰਗ ਸਿਚੁਏਸ਼ਨ ਨਹੀਂ ਸੀਗੀ ਤਾਂ ਕੁਝ ਕੁਝ ਪੋਜੀਸ਼ਨ ਵੀ ਮਿਲਦਾ ਸੀਗਾ ਨਹੀਂ ਡਿਮਾਂਡਿੰਗ ਸੀ ਸੀ ਡਿਮਾਂਡਿੰਗ ਸੀ ਦੈਟਸ ਵਾਈ ਉਸ ਟਾਈਮ ਤੇ ਅਗਰ ਮੇਰੀ ਕੋਈ ਫਿਲਮ ਲੱਗੀ ਸੀ ਮੈਨੂੰ ਅੱਜ ਵੀ ਚੇਤੇ ਹੈਗਾ ਸੂਰਜ ਚੰਦ ਤੇ ਲੱਗੀ ਸੀ ਮੇਰੀ अमर अकबर एंथनी पिक्चर उन्होंने सोच समझ कर लाई hmm. और अमित जी ने मैं कमेंट आया भाई यार कमाल है बट आज उन्होंने कमिटमेंट्स है भी बिकॉज नाउ द इज लॉट ऑफ काफ़ी फिल्मा बन रही हैगा है साढ़े एक बहुत ही सर मैं बड़ा दुख होंगे आज तो मैं खैर साझा करना चाहगा ए मैन ऑफ ग्रेट टाइमिंग वेरी ब्यूटीफुल ह्यूमन बीइंग और कम अल्फाजों में बहुत कुछ बोल जाते थे जसपाल भट्टी जी पता नहीं भगवान ने कौन सा मजाक हमसे कर लिया ऐसे महान कलाकार को हमसे छीन लिया उनकी जो फिल्में बनती थी बहुत अच्छी और वरिंदर जी वो जब फिल्में बनाने जब वो, वो मरे नहीं शहीद हुए सर दोनों जसपाल भट्टी जी अपनी काम से वो करके आ रहे थे कैंपेन वो भी शहीद हुए और वरिंदर जी भी शहीद हुए थे मगर उन्होंने जो फिल्में बनाई थी सर उसके बाद ਪੰਜਾਬੀ ਇੰਡਸਟਰੀ ਖੜ ਜੀ ਗਈ ਸੀ ਉਹਨਾਂ ਦੀ ਅਜ ਵੀ ਫਿਲਮਾਂ ਦੇ ਦੇਖੋ ਮੋਹਨ ਬਾਖੜੀ ਜੀ ਦੀ ਵਿਰਿੰਦਰ ਜੀ ਦੀ ਕਮਾਲ ਦੇ ਫਿਲਮਾਂ ਸੀ ਪਰ ਜਸਪਾਲ ਵਰਟੀ ਜੀ ਅੱਜ ਬਹੁਤ ਹੀ ਦੁੱਖ ਹੋ ਰਿਹਾ ਮੈਨੂੰ ਕਿ ਕਿ ਇਹੋ ਜਹ ਮਹਾਨ ਕਲਾਕਾਰ ਰੱਬ ਨੂੰ ਕਿਉਂ ਰੱਬ ਨੇ ਸਾਡਾ ਤੋ ਕਿਉਂ ਥੇਲੇ ਮੈਨੂੰ ਬੜਾ ਸ਼ਿਕਵਾ ਹੈ ਰੱਬ ਤੋਂ ਹੀ ਵਾਸ ਬਹੁਤ ਕੁਝ ਕਰਦੇ ਸੀ ਬੜੀ ਸਟਰਲ ਵੈਨਲ ਕਾਮੇਡੀ ਕਰਦੇ ਉਹਨਾਂ ਦੀ ਟਾਈਮਿੰਗ ਦਾ ਕੋਈ ਜਵਾਬ ਹੀ ਨਹੀਂ ਔਰ ਮੈਨੂੰ ਲੱਗਦਾ ਹੈ ਕਿ ਮਹਿਰ ਮਿਤਲ ਦੇ ਬਾਅਦ ਕੋਈ ਕਾਮੇਡੀਅਨ ਸੀ ਮਹਿਰ ਮਿਤਲ ਕਮਾਲ ਦੇ ਸੀਗੇ ਤੇ ਉਹ ਹੀ ਹਸ ਲਫਟ ਅ ਗੈਪ ਜਿਹੜਾ ਕੋਈ ਫਿਲਪ ਨਹੀਂ ਕਰਦਾ ਸਰਟਨਲੀ ਸਰਟਨਲੀ ਪਾਨੀ ਦੀ ਐਮ ਐਸ ਸੀ ਕਿ ਲੇਕਿਨ ਮੈਂ ਫਿਰ ਵਾਪਸ ਉਸੇ ਦੀ ਗਲਤੀ ਆਵਾਂਗਾ ਵੀ ਅੱਜ ਦੀ ਪੰਜਾਬੀ ਸਿਨੇਮਾ ਨਾਲ ਜੇ ਤੁਸੀਂ ਆਪਣੇ ਸਮੇਂ ਨੂੰ ਜਾਂ ਖੁਦ ਨੂੰ ਰਿਲੇਟ ਕਰਕੇ ਵੇਖਦੇ ਹੋ ਕੀ ਕਾਰਨ ਹੈ ਵੀ ਚੰਗੇ ਪ੍ਰੋਡਿਊਸਰ ਚੰਗੇ ਡਾਇਰੈਕਟਰ ਚੰਗੇ ਟੈਕਨੀਕਲ ਲੋਕ ਚੰਗੇ ਅਦਾਕਾਰ ਪੰਜਾਬੀ ਸਿਨੇਮਾ ਦੇ ਵਿੱਚ ਆਨ গিਵਨ ਦਾ ਫੈਕਟਰੀ ਬਹੁਤ ਅਲੋਰਮੈਂਟ ਹੈ ਕਿ ਇਹ ਬਾਲੀਵੁੱਡ ਦੇ ਵਿੱਚ ਜਿੱਥੇ ਕਿ ਇੱਕ ਬਹੁਤ ਵਧੀਆ ਕਰੀਅਰ ਦਿਖਦਾ ਤੇ ਹਰ ਪੰਜਾਬੀ ਸਰ ਕੋਲ ਐਸੀ ਬੜੀ ਲੰਬੀ ਚੌੜੀ ਲਿਸਟ ਹੈ ਉਹ ਲੋਕਾਂ ਦੀ ਜੋ ਕਿ ਕਾਮਯਾਬ ਹੋਏ ਨੇ ਜਾ ਕੇ ਬੰਬੇ ਦੇ ਵਿੱਚ ਮੁੰਬਈ ਦੇ ਵਿੱਚ ਉਸ ਹਾਲਾਤ ਦੇ ਵਿੱਚ ਪੰਜਾਬੀ ਸਿਨੇਮਾ ਦਾ ਫਿਊਚਰ ਤੁਸੀਂ ਕਿਵੇਂ ਦੇਖਦੇ ਹੋ ਕੀ ਸਫੀਸ਼ੀਐਂਟ ਐਕਸਲੈਂਟ ਜਿਹੜਾ ਪੋਟੈਂਸ਼ੀਅਲ ਹੈਗਾ ਉਹ ਲੱਗਦਾ ਵੀ ਉਹ ਪੰਜਾਬੀ ਸਿਨੇਮਾ ਨੂੰ ਆਪਣਾ ਆਪਣਾ ਕੈਰੀਅਰ ਦੇ ਰੂਪ ਵਿੱਚ ਵੇਖੇਗਾ ਜਿਵੇਂ ਤੁਹਾਡੇ ਵਰਗੇ ਲੋਕਾਂ ਨੇ ਦੇਖਿਆ ਡੈਫਰੈਂਟਲੀ ਸਰ ਅੱਜ ਜਿਹੜੀ ਫਿਲਮਾਂ ਬਣੀ ਹੈ ਜਿਵੇਂ ਰਾਜਨ ਮੱਤਰਾ ਜੀ ਬਣੀ ਯਾਰਨ ਮੁੱਲੇ ਜਿਨੇ ਮੇਰਾ ਦਿਲ ਲੁੱਟਿਆ ਔਰ ਵੀ ਫਿਲਮਾਂ ਅੱਜ ਤੋਂ ਹੱਡ ਲੱਗ ਗਿਆ ਪਿਆ ਫਿਲਮਾਂ ਬਣ ਰਹੀਆਂ ਅੱਛੀ ਫਿਲਮਾਂ ਔਰ ਇਟਸ ਸਮਥਿੰਗ ਵੈਰੀ ਕ੍ਰੈਡੀਟਬਲ ਉਹਨਾਂ ਦੀ ਅਚੀਵਮੈਂਟ ਹੈ ਜਮੀ ਸ਼ੇਰ ਗਿਲ ਜੀ ਦੀ ਦਰਦੀ ਜੀ ਜੀ ਗੰਪੀ ਮੈਂ ਉਹਨਾਂ ਨੂੰ ਮੈਨੂੰ ਲੱਗਦਾ ਸੀ ਕਿ ਪੰਜਾਬੀ ਸਿਨੇਮਾ ਕਦੀ ਰਿਵਾਈਵ ਹੋ ਪਾਏਗੀ ਇੱਕ ਦੌਰ ਸੀਗਾ ਪਿਛਲੇ ਹਾਂ ਤੁਸੀਂ ਪੁੱਛੋ ਤਾਂ ਮੈਨੂੰ ਅੰਦਰ ਨੂੰ ਲੱਗਦਾ ਹੈ ਬਈ ਸਿਨੇਮਾ ਗਿਆ ਪੰਜਾਬੀ ਸਿਨੇਮਾ ਖਤਮ ਹੈ ਗਿਆ ਬਟ ਹਰਵਚਨ ਮਾਨ ਜੀ ਨੇ ਬਣਾਈ ਸੀ ਜੀ ਆਇਆਂ ਨੂੰ ਮਨਮੋਹਨ ਸਿੰਘ ਜੀ ਨੇ ਉਹਨਾਂ ਨੇ ਫਿਰ ਰਿਵਾਈਵ ਕੀਤਾ ਉਹਦੇ ਬਾਅਦ ਸਾਰੇ ਐਕਟਰ ਜਿਵੇਂ ਮੈਂ ਕਹਿ ਰਿਹਾ ਨਾ ਤੇ ਮੈਂ ਤੁਹਾਨੂੰ ਪਿਓ ਦਾ ਰੋਲ ਹੀ ਕਰ ਦਿੰਦਾ ਤੇ ਮੈਂ ਇਹਨਾਂ ਨੂੰ ਕਹਿੰਦੇ ਮੈਨੂੰ ਪਿਓ ਦਾ ਰੋਲ ਤੇ ਦੇ ਦਿਓ ਇੱਕ ਦੋ ਫਿਲਮਾਂ ਅੱਛੀ ਆਈ ਵਾਂਟ ਟੂ ਪਲੇ ਸਮਥਿੰਗ ਵਿਚ ਇਟ ਇਜ਼ ਸਮਥਿੰਗ ਬਹੁਤ ਹੀ ਅੱਛਾ ਹੋਵੇ ਮੈਂ ਬਹੁਤ ਸਿਲੈਕਟਿਵ ਐਬਾਊਟ ਤੇ ਡੈਫੀਨਟਲੀ ਉਹਨਾਂ ਦਾ ਯੋਗਦਾਨ ਹੈ ਸਰ ਉਹਨਾਂ ਨੇ ਇੰਡਸਟਰੀ ਨੂੰ ਬਹੁਤ ਇਟਸ ਅ 빅 ਚੈਲੰਜ ਫॉर ਬਾਲੀਵੁੱਡ ਐਟ ધ ਮੋਮੈਂਟ ਇਸ ਟਾਈਮ ਤੇ ਰੀਮੇਕਸ ਬਣ ਰਹੀਆਂ ਨੇ ਕਿ ਪੰਜਾਬੀ ਫਿਲਮਾਂ ਦੀ ਰੀਮੇਕਸ ਅਸੀਂ ਬਾਲੀਵੁੱਡ ਤੇ ਉਹ ਸੋਚ ਕੇ ਹਿੰਦੀ ਫਿਲਮਾਂ ਲਾਉਂਦੇ ਨੇ ਸਰ ਪੰਜਾਬ ਵਿੱਚ ਇਹ ਮੈਨੂੰ ਬੜੀ ਖੁਸ਼ੀ ਹੈ ਕਿਉਂਕਿ ਮੈਨੂੰ ਬੜਾ ਦੁੱਖ ਹੋਇਆ ਬਟ ਜਿਹੜੀ ਹੁਣ ਫਿਲਮਾਂ ਬਣਨ ਲੱਗੀ ਐ ਮੇਕਰ ਬਹੁਤ ਅੱਛੇ ਬੰਦੇ ਦੇ ਆ ਗਿਵਨ ਟਫ ਕੰਪੀਟੀਸ਼ਨ ਟੂ ਹਿੰਦੀ ਫਿਲਮਸ ਸੋ ਯੂ ਯੂ ਸੀ ਅ ਗੁੱਡ ਫਿਊਚਰ ਤੇ ਆਪਣਾ ਆਪਣੀ ਜਗਾ ਉਸ ਇੰਡਸਟਰੀ ਦੇ ਸਿਨੇਮਾ ਦੇ ਵਿੱਚ ਕਿਵੇਂ ਵੇਖੋਗੇ ਕਿਉਂਕਿ ਅੱਜ ਬਹੁਤ ਕਾਟ ਆਈਕੋਨਿਕ ਫਿਗਰਸ ਬਚੀਆਂ ਨੇ ਕੇਜ ਤੋਂ ਬਾਅਦ ਅੱਜ ਅਸੀਂ ਅਮਿਤਾਭ ਬੱਚਨ ਸਾਹਿਬ ਨੂੰ 70 ਪਲੱਸ ਦੀ ਏਜ ਤੇ ਬਹੁਤ ਅਗਰੈਸਿਵਲੀ ਕੰਮ ਕਰਦੇ ਵੇਖਿਆ ਹੈਗਾ ਸੋ ਯੂ ਥਿੰਕ ਦਿਸ ਪੀਪਲ ਲਾਈਕ ਯੂ ਪੀਪਲ ਲਾਈਕ ਯੋਗਰਾਜ ਜੀ ਆ ਪੀਪਲ Uh, जो किसी समय का, दाकार बहुत हाई क्वालिटी दे दे हैव अ प्लेस टुडे योगराज जी मैं गल फिल्म बहुत घट्ट लोगों ने देखी यार गरीबा दी इज अ टेरिफिक एक्टर बाद कुछ स्टाइल थोड़ा जाटा जो स्टाइल है ही वॉज ब्यूटिफुल इन दैट फिल्म मेरी बदकिस्मती मेरा डबल रोल से योगराज जी इज अ वेरी वेरी गुड एक्टर और डेफिनेटली फ्यूचर है सर और अमिताभ बच्चन जी जो करते हैं हम लोग वही करेंगे ये मेरा वादा है वी कैन गिव अ टफ कॉम्पिटिशन टू यंगस्टर्स वी हैव द एनर्जी जनून हले भी है काम करा लो बस आज मैं सीन करके आया रिमपी गरेवाल जी की फिल्म एन रिमपी प्रिंस जी रोशन प्रिंस हीरो आई ड्वेल्व सीन्स बारह सीन किते मैं अज क्या कौर साह जी थके नहीं मैं कहना कराते रहो तो वो सर जज्बा हले भी है जुनून हले भी है म मिले बट सिलेक्टेड कम करना क्योंकि आई एम नॉट वेरी कमर्शियल मेरा दिल तो जरा मेन मुद्दा है यू से अगेन मेरा वर्ग का पागल एक्टर तो देखा नहीं होना ठीक है जो मिल दी बट मेरा जरा मेन हैगा थ्रू फिल्म ऑल्सो फिल्मों के फिल्म थ्रू भी अगर मैं कुछ कन्वे कर सकता विच इज़ ए वेरी गुड कॉज जिस तरह अवेयरनेस मैं ला मैम उ सवाल मेरा बड़ा इंपोर्टेंट है ठीक गल भी कम मिले ਚੰਗਾ ਕੰਮ ਮਿਲੇ ਉਮਦਾ ਕੁਆਲਿਟੀ ਦਾ ਕੰਮ ਕਰਨ ਨੂੰ ਮਿਲੇ ਲੇਕਿਨ ਇੱਕ ਸਿਨੇਮਾ ਦੀ ਡੈਪਥ ਹੁੰਦੀ ਹੈਗੀ ਹਰ ਸਿਨੇਮਾ ਦੀ ਇੱਕ ਡੈਪਥ ਹੁੰਦੀ ਹੈ ਹਾਲਾਂਕਿ ਸੀ ਸਿਨੇਮਾ ਨੂੰ ਮਨੋਰੰਜਨ ਸਮਝਦੇ ਆਂ ਵੀ ਕੋਰ ਐਂਟਰਟੇਨਮੈਂਟ ਲੇਕਿਨ ਉਸ ਐਂਟਰਟੇਨਮੈਂਟ ਦੇ ਵਿੱਚ ਇੱਕ ਡੈਪਥ ਹੈ ਜਿਸ ਨੂੰ ਕਿ ਲੋਕ ਇੰਟੈਲੈਕਚੁਅਲੀ ਐਕਨੋਲਜ ਕਰਨ ਇਹ ਚੀਜ਼ ਅਜੇ ਵੀ ਪੰਜਾਬ ਦੇ ਵਿੱਚ ਮਿਸਿੰਗ ਹੈਗੀ ਪੰਜਾਬੀ ਸਿਨੇਮਾ 'ਚ ਮਿਸਿੰਗ ਹੈ ਨੋ ਡਾਊਟ ਕਿ ਸ਼ੋਸ਼ੇਬਾਜੀ ਐ ਸ਼ਗੂਫੇਬਾਜੀ ਇੱਥੇ ਜ਼ਿਆਦਾ ਚੱਲ ਜਾਂਦੀ ਹੈ ਲੋਕ ਉਸ ਨੂੰ ਕਮਰਸ਼ੀਅਲੀ ਉਹਨਾਂ ਰਿਸਪੌਂਸ ਕਰ ਦਿੰਦੇ ਹੈਗੇ ਨੇ ਲੇਕਿਨ ਕਿਸੇ ਵੀ ਸਿਨੇਮਾ ਇ ਨੂੰ ਪ੍ਰਫੁੱਲਿਤ ਕਰਨ ਲਈ ਉਹਨੂੰ ਅੱਗੇ ਲੌਂਗ ਟਰਮ ਸਸਟੇਨੇਬਲ ਬੇਸਿਸ ਤੇ ਅੱਗੇ ਤੋਰਨ ਲਈ ਜ਼ਰੂਰੀ ਹੈ ਵੀ ਉਹਦੇ ਸਿਨੇਮਾ ਦੇ ਵਿੱਚ ਇੱਕ ਗਹਿਰਾਈ ਹੋਵੇ ਉਹ ਗਹਿਰਾਈ ਕਮਰਸ਼ੀਅਲ ਐਂਗਲ ਦੇ ਨਾਲ ਉਹਦਾ ਇੱਕ ਸੁਮੇਲ ਅੱਗੇ ਵਧੇ ਉਹ ਸਰ ਬਹੁਤ ਜ਼ਰੂਰੀ ਹੈ ਬਟ ਪ੍ਰੋਬਲਮ ਇਹ ਹੈ ਕਿ ਕਮਰਸ਼ੀਅਲ ਐਸਪੈਕਟ ਉਨ ਦੇਖਣਾ ਪੈਂਦਾ ਹੈ ਕਿਉਂਕਿ ਅੱਜ ਅਗਰ ਤੁਸੀਂ ਬਟ ਉਹਨਾਂ ਦੇ ਘਟ ਸਕਦੇ ਉਹਨਾਂ ਦੇ ਬੰਬ ਵਿੱਚ ਇੱਥੇ ਵੀ ਆਣਗੇ ਬੰਦੇ ਮਨਮੋਹਨ ਸਿੰਘ ਜੀ ਹੈ ਬਹੁਤ ਸਾਰੇ ਉਹ ਡਿਫਰੈਂਟ ਫਿਲਮ ਬਣਾਣਗੇ ਇੱਕ ਚੀਜ਼ ਹੈ ਕਾਮੇਡੀ ਤੇ ਕਾਮੇਡੀ ਪਿੱਛੇ ਲੱਗਿਆ ਉਹਨੇ ਇਟਸ ਬਿਕੋਜ਼ लोग अक जाते ਨੇ ਰੀਅਲ ਲਾਈਫ ਵਿੱਚ ਇੰਨਾ ਕੰਮ ਕਰਕੇ when they get a relief for 3 hour they feel very happy weil ਠੀਕ ਹੈ ਵੀ ਉਹ ਕਮੇਡੀ ਹੈ ਤਾਂ ਪੰਜਾਬੀ ਸਿਨੇਮਾ ਨੂੰ ਸ਼ਾਇਦ ਕਮੇਡੀ ਦੇ ਵਿੱਚ ਆਪਣਾ ਫਿਊਚਰ ਇਸ ਰਿਹਾ ਇੱਕ ਟਾਈਮ ਸੀ ਕਰ ਭਜਨਵਾਨ ਸਾਹਿਬ ਦੀ ਫਿਲਮਾਂ ਨਹੀਂ ਸਭ ਰੋਮਾਂਸ ਦੇ ਪਿੱਛੇ ਸੀ ਹਾਂ ਰੋਮਾਂਸ ਦੇ ਪਿੱਛੇ ਕਮੇਡੀ ਦੇ ਪਿੱਛੇ ਵਾਇਲੈਂਸ ਦਾ ਜਨਰ ਹਜੇ ਵੀ ਪੰਜਾਬੀ ਸਿਨੇਮਾ ਚ ਨਹੀਂ ਆ ਪਾਇਆ ਹੈ ਅਸੀਂ ਗੁੱਡ ਐਕਸ਼ਨ ਮੂਵੀਜ਼ ਨਹੀਂ ਪੰਜਾਬ ਵਿੱਚ ਬਣਾ ਪਾ ਰਹੇ ਕਿਉਂਕਿ ਸ਼ਾਇਦ ਬਜਟ ਸਾਲਾਉ ਨਹੀਂ ਕਰ ਰਹੀ ਯੂ نو ਜਿਸ ਤਰੀਕੇ ਦੇ ਐਕਸ਼ਨ ਅਸੀਂ ਲੈ ਰਹੇ ਹਾਂ ਬਟ ਉਹਨਾਂ ਨੇ ਇੱਕ ਟ੍ਰੈਂਡ ਹੈਗੀ ਅੱਜਕਲ ਕਮੇਡੀ ਪੀਪਲ ਲਾਈਕ ਇਟ ਮੇਰੇ ਖਿਆਲ ਇਸ ਆਈ ਥਿੰਕ ਅਗਰ ਰੱਬ ਨੇ ਸਾਥ ਦਿੱਤਾ ਵਿਲ ਮੇਕ ਫਿਲਮ ਵਿਚ ਵਿਲ ਗੋ ਟੂ ਆਸਕਰ ਵਾਈ ਨਾਟ ਜਦੋਂ ਤੇਲਗੋ ਫਿਲਮ ਆਸਕਰ ਜਾਸੀ ਵਾਰਨ ਪੰਜਾਬੀ ਦਾ ਵਿਰਸਾ ਇਹਨਾ ਮਹਾਨ ਹੈ ਪੰਜਾਬੀ ਦਾ ਕਲਚਰ ਇਹਨਾ ਮਹਾਨ ਹੈ ਦੇ ਵਿਲ ਗੋ ਟੂ ਆਸਕਰ ਵਾਈ ਨਾਟ ਮੇਕ ਅਦਰ ਐਕਟਰ ਲਾਈਕ ਥਿਸ ਆਲ ਆਫ ਅਸ ਵਿਲ ਟੇਕ ਇਹ ਸਾਡਾ ਇਹ ਮੇਰੀ ਓਥ ਹੈ ਸਤੀਸ਼ ਕੋਲ ਦੀ ਓਥ ਹੈ ਅੱਜ ਮੈਂ ਕਸਮ ਖਾ ਕੇ ਕਹਿੰਦਾ ਫਿਲਮ ਆਸਕਰ ਜਾਏਗੀ ਸਾਡੀ ਪੰਜਾਬੀ ਚਲੀਏ ਲੈਟਸ ਹੋਪ ਕਿ ਤੁਹਾਡੀ ਇਹ ਜਿਹੜੀ ਹੋਪ ਨਹੀਂ ਸਰ ਡੈਫੀਨਟ ਆਮ ਵੈਰੀ 100% ਸ਼ੋਰ ਵਿਖਵਾਣੀ ਹੈਗੀ ਹੈ ਇਸ ਸਾਲ ਸਾਬਤ ਹੋਏ ਪੰਜਾਬੀ ਫਿਲਮਾਂ ਦਾ ਆਸਕਰ ਦੇ ਵਿੱਚ ਨਾਮਿਨੇਟ ਹੋ ਪਾਣਾ ਇੱਕ ਸੁਪਨਾ ਹੈਗਾ ਤੇ ਚੁਣੌਤੀ ਇੱਕ ਚੈਲੰਜ ਇੱਕ ਦਾਵਾ ਵੀ ਹੈਗਾ ਕੋਲ ਸਾਹਿਬ ਵੱਲੋਂ ਕੋਲ ਸਾਹਿਬ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਕਈ ਡਾਈਮੈਂਸ਼ਨਸ ਉੱਤੇ ਗੱਲਬਾਤ ਕੀਤੀ ਖਾਸ ਕਰਕੇ ਆਪਣੀ ਉਸ ਮੁਹਿੰਮ ਬਾਰੇ ਜੋ ਕਿ ਇਹਨਾਂ ਦਿਨਾਂ ਤੁਸੀਂ ਲੈ ਕੇ ਤੁਰੇ ਹੋ ਵੀ ਵੈਰੀ ਥੈਂਕਫੁਲ ਤੁਸੀਂ ਸਟੂਡੀਓ ਵਿੱਚ ਆਏ ਚਰਚਾ ਵਿੱਚ ਸਾਲਿਆ ਤੇ ਕੋਲ ਸਾਹਿਬ ਤੁਸੀਂ ਵੇਖਿਆ ਇਹਨਾਂ ਦੀ ਸ਼ਖਸੀਅਤਾਂ ਦੇ ਕਿਰਦਾਰ ਦੇ ਵਿੱਚ ਇੱਕ ਅਦਾਕਾਰੀ ਕਲਾਕਾਰ ਦੇ ਨਾਲ ਨਾਲ ਇੱਕ ਐਕਟਿਵਿਸਟ ਵੀ ਛੁਪਿਆ ਹੋਇਆ ਹੈਗਾ ਉਹ ਐਕਟਿਵਿਸਟ ਜੋ ਕਿ ਸਮਾਜਿਕ ਸਰਕਾਰਾਂ ਦੇ ਨਾਲ ਖੁਦ ਨੂੰ ਜੋੜ ਕੇ ਵੇਖਣਾ ਚਾਹੁੰਦਾ ਉਹਦੇ ਲਈ ਕੰਮ ਕਰਨਾ ਚਾਹੁੰਦਾ ਹੈਗਾ ਸਾਡੀਆਂ શુભ ਕਾਮਨਾਵਾਂ ਸ਼ੁਭਕਾਮਨਾਵਾਂ ਵੀ ਕਾਲ ਸਾਹਿਬ ਤੁਹਾਡੇ ਨਾਲ ਹੈਗੀਆਂ ਤੁਸੀਂ ਆਪਣੇ ਮਕਸਦ ਵਿੱਚ ਜਾਓ ਅੱਗੇ ਤੱਕ ਜਾਓ ਤੇ ਹੋਰ ਲੋਕਾਂ ਨੂੰ ਪ੍ਰੇਰਿਤ ਕਰ ਸਕੋ ਤਾਂ ਕਿ ਉਹ ਚੀਜ਼ਾਂ ਨਾ ਹੋਣ ਸਮਾਜਿਕ ਪੱਦਰਤੇ ਜੋ ਕਿ ਇਸ ਵਕਤ ਹੋ ਰਹੀਆਂ ਨੇ ਉਮੀਦ ਕਰਾਂਗੇ ਸਾਡੀ ਗੱਲਬਾਤ ਕਾਲ ਸਾਹਿਬ ਨਾਲ ਤੁਹਾਨੂੰ ਚੰਗੀ ਲੱਗੀ ਹੋਵੇਗੀ ਫੀਡਬੈਕ @ptcnetwork.tv ਤੇ ਆਪਣੇ ਵਿਚਾਰ ਜ਼ਰੂਰ ਮੇਲਬੈਕ ਕਰੋ